ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਮਨਜੀਤ ਸਿੰਘ ਅੱਜ ਐਕਸਰਸਾਈਜ਼ 2.2 ਲੈ ਕੇ ਆਏ ਆਪਾਂ 8th ਕਲਾਸ ਲਈ ਤੇ ਫਸਟ ਕੁਐਸਚਨ ਹੈ ਇਫ ਯੂ ਸਬਟ੍ਰੈਕਟ 1/2 ਫਰੋਮ ਅ ਨੰਬਰ ਐਂਡ ਮਲਟੀਪਲਾਈ ਦਾ ਰਿਜ਼ਲਟ 1/2 ਯੂ ਗੈਟ 1/8 ਵਾਟ ਇਜ਼ ਦਾ ਨੰਬਰ ਤਾਂ ਸਟੇਟਮੈਂਟ ਹੈ ਤਾਂ ਸਭ ਤੋਂ ਪਹਿਲੇ ਕੀ ਕਰ ਲੈਣਾ ਲੈਟ ਕਰ ਲੈਣਾ ਲੈਟ ਦੀ ਨੰਬਰ ਇਜ ਇਕੁਅਲ ਟੂ ਐਕਸ ਤੇ ਉਸ ਤੋਂ ਬਾਅਦ ਕੀ ਕਹਿ ਰਹੇ ਨੇ ਜੇਕਰ ਆਪਾਂ ਇੱਕ ਨੰਬਰ ਦੇ ਵਿੱਚੋਂ 1/2 ਮੈਂਸ ਕਰਦੇ ਹਾਂ ਤੇ ਉਸਨੂੰ 1/2 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਪਣੇ ਕੋਲ ਕੀ ਆ ਜਾਂਦਾ ਆਂਸਰ 1/8 ਆ ਜਾਂਦਾ ਤਾਂ ਅਕੋਰਡਿੰਗ ਟੂ ਕੁਐਸਚਨ ਕੀ ਕਹਿ ਰਹੇ ਨੇ ਜੇ ਆਪਾਂ ਕਿਸੇ ਨੰਬਰ ਨੂੰ 1/2 ਨਾਲ ਮਲਟੀਪਲਾਈ ਤੇ ਉਸ ਨੰਬਰ ਦੇ ਵਿੱਚੋਂ 1/2 ਮੈਂਸ ਕਰਦੇ ਹਾਂ ਤਾਂ ਆਂਸਰ ਕੀ ਆਉਂਦਾ ਹੈ 1/8 ਤਾਂ ਇਸ ਨੂੰ ਸੋਲਵ ਕਰਨਾ ਹੈ 1/2 ਇਧਰ ਕੀ ਕਰ ਰਿਹਾ ਮਲਟੀਪਲਾਈ ਤਾਂ ਉਸ ਸਾਈਡ ਜਾ ਕੇ ਕੀ ਹੋ ਜਾਏਗਾ ਰੈਸੀਪ੍ਰੋਕਲ ਹੋ ਜਾਏਗਾ ਤਾਂ ਕਿਵੇਂ ਸੋਲਵ ਕਰਾਂਗੇ ਦੇਖੋ ਇਹਨੂੰ ਐਕਸ ਮੈਂਸ 1/2 1/8 ਮਲਟੀਪਲਾਈ 2/1 ਇਹ 1/2 ਹੈ ਨਾ ਉਸ ਸਾਈਡ ਜਾ ਕੇ ਕੀ ਹੋ ਜਾਏਗਾ ਰੈਸੀਪ੍ਰੋਕਲ ਹੋ ਜਾਏਗਾ ਯਾਨੀ ਕਿ 2 ਉੱਪਰ 1 ਨੀਚੇ ਤਾਂ 2 ਦੀ ਟੇਬਲ ਦੇ ਨੂੰ ਕੱਟ ਕਰ ਦੋ ਕਿੰਨਾ ਆਏਗਾ 1 ਇੱਥੇ ਕਿੰਨਾ ਆਏਗਾ 4 ਯਾਨੀ ਕਿ 1/4 ਆ ਗਿਆ ਤੇ ਹੁਣ ਮੈਂਸ ਦਾ 1/2 ਹੈ ਉਸ ਸਾਈਡ ਜਾ ਕੇ ਕੀ ਹੋ ਜਾਏਗਾ ਪਲੱਸ ਦਾ ਹੋ ਜਾਏਗਾ ਐਕਸ ਇਜ਼ ਇਕੁਅਲ ਟੂ 1/4 ਪਲੱਸ 1/2 ਹੁਣ ਆਪਾਂ ਇਹਨਾਂ ਦਾ ਐਲਸੀਅਮ ਲੈ ਕੇ ਐਡ ਕਰ ਸਕਦੇ ਹਾਂ ਇਹਨੂੰ 4 ਤੇ 2 ਦਾ ਐਲਸੀਅਮ ਕੀ ਆ ਜਾਏਗਾ 2 1 ਤਾਂ ਐਲਸੀਅਮ ਕੀ ਆ ਗਿਆ 4 ਐਲਸੀਅਮ ਆਪਣੇ ਕੋਲ 4 ਆ ਗਿਆ ਤਾਂ ਹੁਣ 4 ਦੇ ਟੇਬਲ 4 ਕਿੰਨੇ ਤੇ ਆਏਗਾ 1 ਤੇ ਤਾਂ 1 ਨੂੰ 1 ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆ ਗਿਆ 1 2 ਦੇ ਟੇਬਲ ਚ 4 ਕਿੰਨੇ ਤੇ ਆਏਗਾ 2 ਤੇ 2 ਨੂੰ 1 ਨਾਲ ਮਲਟੀਪਲਾਈ ਕਰਾਂਗੇ 2 1 ਦਾ 2 ਵਿਚਕਾਰ ਪਲੱਸ ਹੈ ਤਾਂ ਪਲੱਸ ਪਾ ਦੂੰ 2 ਪਲੱਸ 1 ਕਿੰਨਾ ਹੋ ਜਾਏਗਾ 3/4 ਤਾਂ ਆਪਣੇ ਕੋਲ ਆਂਸਰ ਕੀ ਆ ਗਿਆ 3/4 ਇਹ ਤੁਹਾਡਾ ਫਸਟ ਕੁਐਸਚਨ ਸੀ ਠੀਕ ਹੈ ਹਾਂਜੀ 8th ਕਲਾਸ ਦਾ ਕੁਐਸਚਨ ਨੰਬਰ 2nd ਹੈ ਦੀ ਪੈਰੀਮੀਟਰ ਆਫ ਰੈਕਟੈਂਗਲ ਸਵਿਮਿੰਗ ਪੂਲ ਇਜ਼ 154 ਮੀਟਰ ਪੈਰੀਮੀਟਰ ਦਿੱਤਾ ਹੋਇਆ ਆਪਾਂ ਨੂੰ 154 ਮੀਟਰ ਤੇ ਇਟਸ ਲੈਂਥ ਇਜ਼ 2 ਮੀਟਰ ਮੋਰ ਦੈਨ ਟਵਾਈਸ ਇਟਸ ਬ੍ਰੈਥ ਯਾਨੀ ਕਿ ਇਸ ਦੀ ਲੈਂਥ ਕੀ ਹੈ 2 ਮੀਟਰ ਮੋਰ ਤੇ ਟਵਾਈਸ ਇਟਸ ਬ੍ਰੈਥ ਤਾਂ ਬ੍ਰੈਥ ਲੈ ਕੇ ਕਰ ਲਾਂਗੇ ਆਪਾਂ ਬ੍ਰੈਥ ਇਜ਼ ਇਕੁਅਲ ਟੂ ਐਕਸ ਤੇ ਲੈਂਥ ਕੀ ਆ ਜੂਗੀ 2x ਪਲੱਸ 2 ਤਾਂ ਇਹਨਾਂ ਨੇ ਇਕੁਏਸ਼ਨ ਕਿਵੇਂ ਕਹੀ ਹੈ ਇਹਨਾਂ ਨੇ ਪੈਰਾਮੀਟਰ ਦੇ ਕੇ 154 ਤੇ ਲੈਂਥ ਕੀ ਦਿੱਤੀ ਹੈ 2 ਮੀਟਰ ਮੋਰ ਦੈਨ ਦਾ ਹੋ ਜੂਗਾ ਐਡ ਟਵਾਈਸ ਦਾ ਹੋ ਜੂਗਾ 2 ਕੀ ਮਲਟੀਪਲਾਈ ਤਾਂ ਪੈਰਾਮੀਟਰ ਦਾ ਫਾਰਮੂਲਾ ਕੀ ਹੁੰਦਾ ਹੈ ਰੈਕਟੈਂਗਲ ਦੇ ਪੈਰਾਮੀਟਰ ਦਾ ਫਾਰਮੂਲਾ ਹੁੰਦਾ ਹੈ 2 ਇਨਟੂ ਐਲ ਪਲੱਸ ਬੀ ਤਾਂ ਅਕੋਰਡਿੰਗ ਟੂ ਕੁਐਸਚਨ ਆਪਾਂ ਵੈਲਿਊ ਸਭ ਦੀ ਪੁੱਟ ਕਰ ਦੋ ਪੈਰਾਮੀਟਰ ਕਿੰਨਾ ਹੈ 154 2 ਲੈਂਥ ਕਿੰਨੀ ਆਪਣੇ ਕੋਲ 2x ਪਲੱਸ 2 ਤੇ ਬ੍ਰੈਥ ਕਿੰਨੀ ਹੈ x ਤਾਂ 2x ਪਲੱਸ x ਕਿੰਨੇ ਹੋ ਜਾਣਗੇ 3x ਤੇ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ 2 ਇਧਰ ਮਲਟੀਪਲਾਈ ਕਰ ਰਹੇ ਹਾਂ ਇਧਰ ਇੱਕ ਕਰੇਗਾ ਡਿਵਾਈਡ ਕਰੇਗਾ 154 ਡਿਵਾਈਡ ਬਾਈ 2 ਤੇ 2x ਪਲੱਸ x ਕਿੰਨੇ ਹੋ ਜਾਣਗੇ 3x ਪਲੱਸ 2 2 ਦੇ ਟੇਬਲ ਚ 154 ਨੂੰ ਕੱਟ ਕਰ ਦਾਂਗੇ ਆਪਾਂ ਕਿੰਨਾ ਆ ਜਾਏਗਾ 77 ਆ ਜਾਏਗਾ ਕੱਟ ਕਰਕੇ 2 ਦੇ ਟੇਬਲ ਤੇ 154 ਨੂੰ ਕੱਟ ਕਰਾਂਗੇ ਤਾਂ 77 ਤਾਂ 77 ਪਲੱਸ ਦਾ 2 ਹੈ ਇਸ ਸਾਈਡ ਜਾ ਕਾਹਦਾ ਹੋ ਜਾਏਗਾ ਮੈਂਸ ਦਾ ਤਾਂ ਕਿੰਨਾ ਆ ਜਾਏਗਾ 75 ਇਜ਼ ਇਕੁਅਲ ਟੂ 3x ਤੇ ਫਿਰ ਆਪਾਂ ਕੀ ਕਰਾਂਗੇ x ਦੀ ਵੈਲਿਊ ਫਾਈਂਡ ਕਰਾਂਗੇ x ਇਜ਼ ਇਕੁਅਲ ਟੂ 3 ਇਧਰ ਮਲਟੀਪਲਾਈ ਕਰ ਰਿਹਾ ਇਧਰ ਕੀ ਕਰੇਗਾ ਡਿਵਾਈਡ ਕਰੇਗਾ 75 ਡਿਵਾਈਡ ਬਾਈ 3 ਕੱਟ ਕਰ ਦੋ 25 3 ਦਾ 75 ਆ ਜਾਏਗਾ 3 ਦੀ ਟੇਬਲ ਦੇ ਕੱਟ ਕਰ ਦਾਂਗੇ ਤਾਂ ਕਿੰਨਾ ਆ 25 ਦੀ ਕੱਟ ਹੋ ਜਾਏਗਾ x ਦੀ ਵੈਲਿਊ ਕੀ ਆ ਜਾਏਗੀ ਆਪਣੇ ਕੋਲ 25 ਯਾਨੀ ਕਿ ਲੈਂਥ ਬ੍ਰੈਥ ਆਪਣੇ ਕੋਲ ਕੀ ਆ ਗਈ 25 ਆ ਗਈ ਲੈਂਥ ਕਿੰਨੀ ਆ ਜਾਏਗੀ ਲੈਂਥ ਕੀ ਆਪਣੇ ਕੋਲ 2x ਪਲੱਸ 2 ਹੈ ਨਾ ਤਾਂ 2 ਇੰਟੂ 25 ਪਲੱਸ 2 25 ਨੂੰ 2 ਨਾਲ ਮਲਟੀਪਲਾਈ ਕਰ ਦੋ 50 ਪਲੱਸ 2 ਕਿੰਨਾ ਆ ਜਾਏਗਾ 52
लेंथ अपने को 52 आ गई, ब्रेथ कितनी आ जाएगी x यानी के 25, ये अपने आंसर आ गए। मीटर च आंसर है तो मीटर च पा दो, सेंटीमीटर च होगा तो सेंटीमीटर च पा दो। एक बार पूरा सम रिपीट कर देना, पैरामीटर दिता 154 मीटर, ब्रेथ दी हुई, ब्रेथ अपने लेट कर लेंगे, लेट ब्रेथ इज इक्वल टू एक्स, लेंथ की है ब्रेथ तो ट्वाइस ते टू मोर है, ठीक है, तब 2x प्लस 2 मान लेंगे। पैरामीटर का फॉर्मूला 2 इंटू एल प्लस बी, ठीक है, पैरामीटर की वैल्यू पुट करती, फॉर्मूले की वैल्यू पुट करती है, लेंथ की वैल्यू कितनी है 2x प्लस 2, ब्रेथ की वैल्यू कितनी है x, तो 2x प्लस x कितना हो जाएगा 3x, a बाय 2 मल्टीप्लाई करें इधर एक करें डिवाइड, 2 दे टेबल से कट कर देंगे कितना आ जाएगा 77, फिर ए वाला 2 इधर प्लस द इधर एक करना हो जाएगा माइनस का, 77 से 2 माइनस कराएं कितना आ जाएगा 75, 3x आ गया, 3 इधर मल्टीप्लाई कर रहे हैं इधर एक करेगा डिवाइड, 3 दे टेबल च 75 नु कट कर देंगे 25 आ जाएगा, x की वैल्यू अपने को की आ गई 25, लेंथ की वैल्यू पढ़ने लिए अपना ए वाली वैल्यू x की वैल्यू 25 पुट कर देंगे, 25 नु 2 नाल मल्टीप्लाई किया 50, 50 प्लस 2 कितना हो जाएगा 52, ब्रेथ की वैल्यू की है अपने को, एक्स लेट की थी अपने, ब्रेथ अपने को की आ गई 25।